नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। अमृतसर में देर रात हुए एक विवाद में एक नौजवान की हुई मौत, पुलिस जांच में जुटी। बरनाला पुलिस ने हत्या के मामले में 8 आरोपियों को किया गिरफ्तार, एक पिस्तौल, गंडासा और तलवार की बरामद। जालंधर के मिठा बाजार में शिवसेना उत्तर भारत की तरफ से हवन यज्ञ का किया गया आयोजन, आहुतियां डालकर शहीदों को दी श्रद्धांजलि। और अब हलचल विस्तार से। अमृतसर के थाना गेट हकीमा के अधीन नाते इलाके गुरुबख्श नगर में देर रात हुए एक विवाद में एक नौजवान की मौत हो गई। इस संबंध में जानकारी देते हुए मृतक के पारिवारिक सदस्यों ने बताया कि उनका बेटा दीपक कुमार, जो कि कारपेंटर का काम करता था, वह रात को अपने चाचा के बेटे को गली के बाहर छोड़ने के लिए गया। इस दौरान वहाँ से उनका पड़ोसी जतिन मोटरसाइकिल पर आ रहा था और उसने अपना मोटरसाइकिल उसके पैर पर चढ़ा दिया। जब उसने उससे पूछा कि तुमने ऐसा क्यों किया, तो उसने उतर कर उन्हें पीटना शुरू कर दिया। इसके साथ ही जतिन के पारिवारिक सदस्य भी वहां आ गए और उन्होंने भी दीपक को बुरी तरह से पीटना शुरू कर दिया। वो उसके पेट में तेजधार हथियार से वार कर दिया, जिसके चलते दीपक कुमार की मौत हो गई। तो वहीं पीड़ित परिवार ने पुलिस प्रशासन से इंसाफ की मांग की है। तो वहीं इस संबंध में मीडिया को जानकारी देते हुए एसीपी सुरेंद्र सिंह ने बताया कि गुरुबख्श नगर इलाके की गली नंबर 3 में मोटरसाइकिल को लेकर झगड़ा हुआ था, जिसमें दीपक कुमार की मौत हो गई है, जिसके चलते उन्होंने दोषी जतिन कुमार और उसके परिवार के खिलाफ मामला दर्ज कर आगे की कार्रवाई शुरू कर दी है। फिलहाल सभी आरोपी घर से फरार हैं, जल्द ही उन्हें गिरफ्तार कर लिया जाएगा। अमृतसर से हलचल के लिए सुनील खोसला की रिपोर्ट। मेरा नाम सर हरिशंकर है, मैं गुरबख्श नगर गली नंबर तीन में रह रहा हूँ। ठीक है ना सर, साडे बेटे नाल गल हुई है। जे साडा भतीजा इत्थे आया ही साडे घर, तो उन्हूं छड्डन गए ही साडा छोटा बेटा तो बड़ा बेटा, उहदे गली च कुत्ता है, तो तां करके उन्हूं डर के ना, तो उन्हूं एक दो बारी भतीजे नूं पै भी गया कुत्ता, तां करके कहिंदा मैनूं अगे नंगा दिओ तो मैं उधर चल जावांगा। ਉਹ ਸਰ ਨਗਾਨ ਗਏ ਤਾਂ ਉਧਰੋਂ ਉਹਨਾਂ ਦਾ ਬੇਟਾ ਆਉਂਦਾ ਪਿਆ ਸੀ ਮੋਟਰਸਾਈਕਲ 'ਤੇ, ਤਾਂ ਉਹਨਾਂ ਨੇ ਸਾਡੇ ਬੜੇ ਬੇਟੇ 'ਤੇ ਪੈਰ 'ਤੇ ਉਹਨੇ ਮੋਟਰਸਾਈਕਲ ਮਾਰਿਆ। ਤਾਂ ਕਹਿੰਦਾ ਤੂੰ ਰੋਂਗ ਸਾਈਡ ਆ ਕੇ ਮੈਨੂੰ ਮਾਰਦਾ ਅਤੇ ਤੇਰਾ ਸਾਈਡ ਉਹ, ਤੂੰ ਉਧਰੋਂ ਚੱਲ ਜਾ। ਇੰਨੇ 'ਚ ਸਰ ਉਹ ਗੁੱਸਾ ਹੋ ਕੇ ਆ ਕੇ ਸਾਡੇ ਬੇਟੇ ਨੂੰ ਚਪੇੜਾ ਮਾਰਨੀ ਸ਼ੁਰੂ ਕਰਤੀ, ਸਾਡੇ ਛੋਟੇ ਬੇਟੇ ਨੂੰ ਤਾਂ ਵੱਡੇ ਬੇਟੇ ਨੂੰ, ਉਹਦੇ ਸਾਰੇ ਕੱਪੜੇ ਕੁਪੜੇ ਸਰ ਉਹਨਾਂ ਨੇ ਫਾੜ ਦਿੱਤੇ। ਫਿਰ ਅੱਗੇ ਆਪਣਾ ਜਿਹੜਾ ਤੁਹਾਡਾ ਬੇਟਾ ਵਾ ਕਿੱਦਾਂ ਗਿਆ ਉੱਥੇ? ਮੇਰਾ ਮੇਰਾ ਬੇਟਾ ਦਵਾਈ ਲੈਣ ਗਿਆ ਸੀ ਜਾਂ ਕੁਛ ਖਾਣ ਗਿਆ ਸੀ? ਹੁੰਦਾ ਤਾਂ ਦੱਸਦਾ ਨਾ ਸਰ, ਹੁੰਦਾ ਤਾਂ ਦੱਸਦਾ ਨਾ। ਉਧਰੋਂ ਆਇਆ ਤਾਂ ਇਹਨਾਂ ਨੂੰ ਦੇਖਿਆ ਕਿ ਉਹ ਕੁੱਟਦੇ ਪਏ ਆ, ਕਹਿੰਦਾ ਭਾਜੀ ਦੱਸੋ ਕੀ ਗੱਲ ਹੋ ਗਈ ਹੈ, ਕੋਈ ਗੱਲ ਹੈ ਤਾਂ ਮੈਨੂੰ ਦੱਸੋ। ਆਪਾਂ ਕੋਈ ਲੜਾਈ ਝਗੜਾ ਗਲੀ 'ਚ ਰਹਿੰਦੇ ਹਾਂ, ਸਾਡਾ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਗੱਲ ਅਗਰ ਬੱਟੇ ਨੇ ਸਾਡੇ ਕੋਈ ਆ ਤਾਂ ਤੁਹਾਡੇ ਕੋਲ ਮੈਂ ਮਾਫ਼ੀ ਮੰਗਾਂ। ਇੰਨੇ ਦੇਰ ਨੂੰ ਉਹਨਾਂ ਨੇ ਕੁਛ ਸੁਣਿਆ, ਉਹਦੇ ਡੈਡੀ, ਉਹਦੇ ਮੰਮੀ, ਉਹਦਾ ਜੀਜਾ, ਉਹਦੇ ਦੋਨੋਂ ਭਰਾ, ਉਹਦੀ ਭੈਣਾਂ ਨੇ ਮਿਲ ਕੇ ਸਾਡੇ ਦੀਪਕ ਨੂੰ ਮਾਰ ਛੱਡਿਆ ਸਰ, ਛੂਰਾ ਚਾਰਾ ਮਾਰ ਕੇ ਉਹਦੇ ਬਾਲ ਪੁੱਲ। ਕੀ ਪਤਾ ਕਰਦੇ ਹੁਣ, ਸਾਰੇ ਕਹਿੰਦੇ ਚਿੱਟਾ ਵੇਚਦੇ, ਹੁਣ ਕੀ ਪਤਾ ਕੀ ਕਰਦੇ ਸਰ ਇਸ ਗੱਲ ਦਾ। ਆਪਾਂ ਨੇ ਪੰਜ ਛੇ ਸਾਲ ਹੋ ਗਏ ਆਏ ਜੀ, ਇਨਸਾਫ਼ ਕੀ ਚਾਹੁੰਦੇ ਹੋ? ਇਨਸਾਫ਼ ਇਹ ਸਰ ਮੇਰੀ ਪੂਰੀ ਸੁਣਵਾਈ ਹੋਣੀ ਚਾਹੀਦੀ ਹੈ, ਠੀਕ ਨਾ? ਜਿੱਦਾਂ ਮੇਰਾ ਬੇਟਾ ਗਿਆ ਨਾ ਸਰ, ਉਸੇ ਤਰ੍ਹਾਂ ਉਹਨਾਂ ਦੇ ਬੇਟੇ ਨੂੰ ਫਾਂਸੀ ਲੱਗਣੀ ਚਾਹੀਦੀ ਹੈ। ਉਮਰ ਸੀ ਬੇਟੇ? ਮੇਰਾ ਬੇਟਾ 24 ਸਾਲਾਂ ਦਾ ਸਰ। ਵਿਆਹ ਸੀ? ਨਹੀਂ ਸਰ, ਅਗਲੇ ਮਹੀਨੇ ਵਿਆਹ ਸੀ। ਰਾਤੀ ਕੁਛ ਨਹੀਂ ਸਰ, ਰਾਤੀ ਕੰਮ ਕਰਕੇ ਆਏ ਹਾਂ, ਆਪਾਂ 10 ਵਜੇ ਲੇਟ ਹੋ ਗਏ ਸੀ।
ਪਾਣੀ ਪਾਣੀ ਪੀ ਕੇ ਅਤੇ ਨਾਲ ਹੀ ਇਹਨੂੰ ਭਰਾ ਨੂੰ ਛੱਡਣ ਗਏ ਥੋੜ੍ਹਾ ਇੱਥੇ ਮੋੜ ਤੱਕ, ਅਤੇ ਮੁੰਡਾ ਰੱਜਿਆ ਹੋਇਆ ਸੀ, ਉਹਨਾਂ ਦਾ ਚਿੱਟਾ ਲਾਉਂਦਾ ਨਾ ਸਾਰਾ ਟੱਬਰ, ਉਹਨਾਂ ਚਿੱਟੇ ਦਾ ਕੰਮ ਹੈਗਾ ਉਹਨਾਂ ਦਾ। ਉੱਧਰੋਂ ਇੱਧਰੋਂ ਜਾਂਦੇ ਪਏ ਆਪਾਂ, ਤੇਰੀ ਸਾਈਡ ਉਹਨੂੰ ਹੋ ਗਈ ਲੰਘੇ ਦੀ, ਉਹਨੂੰ ਲੰਘ ਤੂੰ, ਇਹਨੇ ਲਿਆ ਕੇ ਮੋਟਰਸਾਈਕਲ ਮੇਰੇ ਵਿੱਚ ਮਾਰਤਾ ਰਾਜੇ ਨੂੰ ਖਲੋਤੇ ਨੂੰ ਖਲੋਣ ਦੀ ਵਾਹ ਨਹੀਂ ਗਈ। ਇਹ ਮੇਰੇ ਹਿਸਾਬ ਨਾਲ ਜਿੰਨੇ ਵੀ ਚਾਰ ਦੋ ਭਰਾ ਉਹ ਹੈਗਾ ਸੀ, ਉਹਦਾ ਜੀਜਾ ਹੈਗਾ ਸੀ, ਉਹਦਾ ਡੈਡੀ ਹੈਗਾ ਸੀ, ਉਹਦੀ ਮੰਮੀ ਤੇ ਉਹਦੀ ਭੈਣ ਵੀ, ਜਿਹੜੇ ਸਿਆਣੇ ਹੁੰਦੇ ਨੇ ਲੜਾਈਆਂ ਛਡਾਉਂਦੇ ਨੇ ਕਿ ਬੱਚੋ ਲੜੋ ਨਾ। ਇਹ ਉਹ ਪੰਨੇ ਕਿੱਦਾਂ ਦੇ ਮਾਂ ਪਿਓ ਹੋ ਗਏ, ਪੂਰਾ ਟੱਬਰ ਹੀ ਅੰਦਰੋਂ ਫੜ ਕੇ ਪਰ ਜੋ ਆਉਂਦਾ ਹੱਥ 'ਚ ਜੋ ਕੇ ਮਾਰੀ ਜਾਂਦੇ ਪਏ ਸੀ ਦਾਦੀ। ਅਤੇ ਆਪਣਾ 25 ਸਾਲ ਹੈਗੀ, 24 ਸਾਲ ਪੁਲਿਸ ਨੂੰ ਕੰਪਲੇਂਟ ਦਿੱਤੀ ਗਈ? ਹਾਂ, ਪਰਚਾ ਦਰਜ ਕਰਾਇਆ, ਪੂਰੀ ਕਾਰਵਾਈ ਕਰਾਂਗੇ, ਸਾਨੂੰ ਆਸ ਹੈਗੀ ਉਹਨਾਂ ਤੋਂ, ਬਸ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਨ੍ਹਾਂ ਨੇ ਵੀ ਕੀਤਾ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਹਜੇ ਤੱਕ ਕੋਈ ਬੰਦੇ ਦੀ ਅਰੈਸਟ ਪਾਈ ਉਹਨਾਂ ਨੇ? ਹਜੇ ਤੱਕ ਕਿਸੇ ਨੇ ਨਹੀਂ ਪਾਈ। ਜਿਹੜੇ ਮੁੰਡੇ ਦਾ ਕਤਲ ਕੀਤਾ ਉਹਦਾ ਕਿੰਨੇ ਵਿਆਹ ਕਦੋਂ ਸੀ? ਅਗਲੇ ਮਹੀਨੇ ਵਿਆਹ ਸੀ ਉਹਦਾ। ਆਪਾਂ ਇੱਧਰ ਹੀ ਤਾਂ ਰਹਿਣ ਵਾਲੇ ਹੈਗੇ ਆ, ਗੁਰਬਖਸ਼ ਨਗਰ। ਕੀ ਗੱਲ ਹੋਈ ਰਾਤੀ? ਗੱਲ ਕੁਛ ਵੀ ਨਹੀਂ ਹੋਈ, ਮੁੰਡੇ ਨੇ ਮੁੰਡੇ ਵਿਚਾਰੇ ਚੱਲੇ ਹੀ ਛੱਡਣ ਉਹਨੂੰ, ਤਾਂ ਉਹਨੂੰ ਪੈ ਗਿਆ ਮੁੰਡਾ ਉਹਦੇ ਵਿੱਚ ਲਿਜਾ ਕੇ ਮੋਟਰਸਾਈਕਲ ਵਾਲੇ। ਤੇ ਉਹਨੇ ਕਿਹਾ ਕਿ ਪਾ ਜੀ ਥੋੜ੍ਹਾ ਤਰੀਕੇ ਨਾਲ ਚਲਾਓ, ਉਹਨੇ ਉਹ ਤਾਂ ਮੋਟਰਸਾਈਕਲ ਖਿਲਾਰ ਕੇ ਤੇ ਮੇਰੇ ਮੁੰਡੇ ਨੂੰ ਪੈ ਗਏ, ਤੇ ਮੇਰੇ ਮੁੰਡੇ ਨੂੰ ਪੈ ਗਏ। ਉਹ ਵਿਚਾਰਾ ਦਵਾਈ ਲੈ ਕੇ ਆਇਆ, ਉਹਨੇ ਕਿਹਾ ਕੀ ਹੋਇਆ? ਇਹਨੇ ਕਿਹਾ ਮੈਨੂੰ ਹੱਥੀ ਪੈ ਗਏ, ਇਹਨੂੰ ਫੜ ਲਿਆ ਹੱਥ ਹੱਥ, ਉਹਨਾਂ ਨੇ ਸਾਰੇ ਟੱਬਰ ਨੇ ਉਹਨੂੰ ਪੈ ਫੜ ਲਿਆ ਵਾ, ਉਹਨੂੰ ਫੜ ਕੇ ਤੇ ਅੰਦਰ ਖਿੱਚ ਕੇ ਚਾਕੂ ਮਾਰ ਕੇ ਉਹਨੂੰ ਧੱਕਾ ਮਾਰਤਾ ਬਾਹਰ। ਇਹ ਤਾਂ ਸੀਰੀਅਲ ਟੀਵੀਆ ਵਾਲਾ। ਮੇਰੇ ਮੁੰਡੇ ਦੀ 25 ਸਾਲ ਉਮਰ ਸੀ। ਜਨਾਨੀਆਂ ਨਜੇ ਜਨਾਨੀਆਂ ਵੀ ਬੜੀਆਂ ਡਾਡੀਆਂ ਹੈਗੀਆਂ ਵਾ, ਗਾਲਾਂ ਕੱਢਦੇ। ਗੁੱਡ ਆਫਟਰਨੂਨ ਜੀ, ਮੈਂ ਸੁਰਿੰਦਰ ਸਿੰਘ, ACP ਸੈਂਟਰਲ ਅੰਮ੍ਰਿਤਸਰ ਪੋਸਟਡ ਆ। ਇੱਕ ਸਾਡੇ ਥਾਣਾ ਗੇਟ ਕੀਮਾ ਦੇ ਏਰੀਏ ਦੇ ਵਿੱਚ ਕੱਲ੍ਹ ਰਾਤ 11:15 ਇੱਕ ਝਗੜਾ ਹੋਇਆ ਸੀ, ਗੁਰਬਖਸ਼ ਨਗਰ ਏਰੀਆ ਗਲੀ ਨੰਬਰ 3 ਦੇ ਵਿੱਚ, ਜਿਹਦੇ ਵਿੱਚ ਇੱਕ ਦੀਪਕ ਨਾਂ ਦਾ ਵਿਅਕਤੀ ਜਿਹੜਾ ਉਹ ਇੰਜਰਡ ਹੋਇਆ ਸੀ। ਏਜ ਇਹਦੀ 24 ਸਾਲ ਆ, ਔਰ ਕਾਰਪੇਂਟਰ ਦਾ ਕੰਮ ਕਰਦਾ ਆ, ਜਿਹਦੀ ਆਪਣੇ ਇਹਨਾਂ ਦੇ ਗਵਾਂਢੀਆਂ ਦੇ ਨਾਲ ਹੀ ਝਗੜਾ ਹੋਇਆ ਸੀ। ਮੋਟਰਸਾਈਕਲ ਵੱਜਣ ਦੇ ਇਹਨਾਂ ਦੇ ਵਿੱਚ ਮੋਟਰਸਾਈਕਲ ਜਤਿਨ ਨਾਂ ਦੇ ਲੜਕੇ ਨੇ ਮਾਰਿਆ ਸੀ, ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਆ, ਜਿਹਦੇ ਵਿੱਚ ਜਿਹੜਾ ਵਾ ਦੀਪਕ ਦੀ ਕੋਈ ਨਕੀਲੀ ਚੀਜ਼ ਵੱਜਣ ਨਾਲ ਪੇਟ ਦੇ ਵਿੱਚ ਉਹਦੀ ਡੈਥ ਹੋ ਗਈ ਸੀ ਜਾ ਕੇ ਹੋਸਪਿਟਲ। ਅਤੇ ਅਸੀਂ 5 ਵਿਅਕਤੀਆਂ ਦੇ ਖਿਲਾਫ ਇਹਦੇ ਵਿੱਚ ਜਿਹੜਾ ਵਾ ਮੁਕੱਦਮਾ ਦਰਜ ਕੀਤਾ ਹੈ। ਇੱਕ ਜਤਿਨ, ਇੱਕ ਦਾ ਬ੍ਰਦਰ ਆਕਾਸ਼ ਆ, ਇੱਕ ਇਹਨਾਂ ਦਾ ਜੀਜਾ ਆ ਸੁਖਪ੍ਰੀਤ, ਔਰ 2 ਇਹਨਾਂ ਦੇ ਮਦਰ ਫਾਦਰ, 5 ਜਣਿਆਂ ਦੇ ਖਿਲਾਫ ਹਰੀ ਸ਼ੰਕਰ ਦੇ ਬਿਆਨਾਂ ਦੇ ਉੱਤੇ FIR ਦਰਜ ਕੀਤੀ ਗਈ ਹੈ, ਔਰ ਜਿਹਦੇ ਵਿੱਚ ਅਸੀਂ ਇਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕੀਤੀ ਆ, ਔਰ ਇਹਨਾਂ ਦੇ ਰੇਡ ਕੀਤੇ ਜਾ ਰਹੇ ਹਨ, ਔਰ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਬਰਨਾਲਾ ਪੁਲਿਸ ਨੇ ਹੱਤਿਆ ਕੇ ਮਾਮਲੇ ਮੇਂ 8 ਆਰੋਪੀਓਂ ਕੋ ਗ੍ਰਿਫਤਾਰ ਕੀਆ ਹੈ। ਪ੍ਰਾਪਤ ਜਾਣਕਾਰੀ ਕੇ ਅਨੁਸਾਰ 10 ਦਿਨ ਪਹਿਲੇ ਬਰਨਾਲਾ ਕੇ ਗਾਂਵ ਕਾਲੇਕੀ ਮੇਂ ਇੱਕ ਯੁਵਕ ਕੀ ਗੋਲੀ ਮਾਰਕਰ ਹੱਤਿਆ ਕਰ ਦੀ ਗਈ ਥੀ। 2 ਪਕਸ਼ੋਂ ਕੇ ਬੀਚ ਮਾਰਪੀਟ ਕੇ ਦੌਰਾਨ ਯੇ ਘਟਨਾ ਘਟੀ ਥੀ। ਇਸ ਘਟਨਾ ਸੰਬੰਧੀ ਜਾਣਕਾਰੀ ਦਿੱਤੇ ਹੋਏ SP ਬਰਨਾਲਾ ਸੰਦੀਪ ਸਿੰਘ ਮੰਡ ਨੇ ਬਤਾਇਆ ਕਿ 26 ਮਈ ਕੋ ਬਰਨਾਲਾ ਕੇ ਗਾਂਵ ਕਾਲੇਕੀ ਮੇਂ 2 ਗੁੱਟੋਂ ਮੇਂ ਝਗੜਾ ਹੋ ਗਿਆ ਥਾ, ਜਿਸ ਮੇਂ ਰੁਪਿੰਦਰ ਸ਼ਰਮਾ ਕੀ ਗੋਲੀ ਮਾਰਕਰ ਹੱਤਿਆ ਕਰ ਦੀ ਗਈ ਥੀ। ਵਹੀ ਉਹਨਾਂ ਬਤਾਇਆ ਕਿ ਇਸ ਮਾਮਲੇ ਮੇਂ ਮ੍ਰਿਤਕ ਕੇ ਚਾਚਾ ਹਰਵਿੰਦਰ ਸਿੰਘ ਕੇ ਬਿਆਨ ਪਰ 15 ਆਰੋਪੀਓਂ ਕੇ ਖਿਲਾਫ ਹੱਤਿਆ ਕਾ ਮਾਮਲਾ ਦਰਜ ਕੀਆ ਗਿਆ ਥਾ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਮੇਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁੱਖ 8 ਆਰੋਪੀਓਂ ਪ੍ਰਗਟ ਸਿੰਘ, ਸੁਰਜੀਤ ਸਿੰਘ, ਨਵਨੀਤ ਸ਼ਰਮਾ, ਸਿਮਰਜੀਤ ਸਿੰਘ, ਨਵਜੋਤ ਸਿੰਘ, ਯਾਦਵਿੰਦਰ ਸਿੰਘ,
जगदीप सिंह और गगनदीप सिंह को गिरफ्तार किया है। इन आरोपियों के पास से एक गंडासा, किरपान, 32 बोर की एक पिस्टल बरामद की गई है। वे उन्होंने बताया कि आरोपियों भी गगनदीप सिंह के खिलाफ पहले भी मारपीट के आरोप में मामला दर्ज किया जा चुका है, जबकि मुख्य आरोपी प्रगट सिंह के खिलाफ इरादतन कत्ल का मामला दर्ज है। उन्होंने कहा कि दोनों गुट काफी समय से एक दूसरे से झगड़ रहे थे, जिससे ये झगड़ा बढ़कर हत्या तक पहुंच गया। तो वहीं उन्होंने कहा कि आरोपियों को अदालत में पेश कर रिमांड हासिल किया जाएगा। इस मौके पर उनके साथ DSP बरनाला सतबीर सिंह व अन्य पुलिस कर्मचारी भी मौजूद रहे। बरनाला से हलचल के लिए विनोद शर्मा की रिपोर्ट। 26 मई 2024 शाम तकरीबन 4 बजे की वारदात है जी, ਜਿਹਦੇ ਵਿੱਚ ਦੋ ਗੁੱਟਾਂ ਵਿੱਚ ਆਪਸ ਵਿੱਚ ਲੜਾਈ ਹੋਈ ਅਤੇ ਉਹਦੇ ਵਿੱਚ ਇੱਕ ਸਾਡਾ ਮ੍ਰਿਤਕ ਰੁਪਿੰਦਰ ਸਿੰਘ, ਰੁਪਿੰਦਰ ਸ਼ਰਮਾ ਉਰਫ ਰਵੀ ਪੁੱਤਰ ਲੇਟ ਰਾਜ ਕੁਮਾਰ ਵਾਸੀ ਕਾਲੇਕੇ ਥਾਣਾ ਧਨੌਲਾ, ਜਿਹਦੀ ਉਹਦੇ ਇਸ ਝਗੜੇ ਦੇ ਵਿੱਚ ਲੜਾਈ 'ਚ ਮੌਤ ਹੋ ਜਾਂਦੀ ਹੈ। ਅਤੇ ਇਹਦੇ ਵਿੱਚ ਇਹਦੇ ਚਾਚੇ ਦੇ ਬਿਆਨ 'ਤੇ ਚਾਚਾ ਹਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕਾਲੇਕੇ ਦੇ ਬਿਆਨ 'ਤੇ 15 ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਮੁਕਦਮਾ ਨੰਬਰ 72 ਅੰਡਰ ਧਾਰਾ 302, 307, 323, 341, 148, 149 ਅਤੇ 25, 27, 54, 59 ਲੱਗਾ ਹੈ, ਜਿਹਦੇ ਵਿੱਚ ਇਹਦੀ ਜਿਹੜਾ ਰੁਪਿੰਦਰ ਸ਼ਰਮਾ ਇਹਦੀ ਮੌਤ ਹੋ ਜਾਂਦੀ ਹੈ। ਅਤੇ ਉਸ ਸੰਬੰਧ ਦੇ ਵਿੱਚ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ ਵਿੱਚ ਮੇਨ 8 ਦੋਸ਼ੀ ਹੈ ਉਹ ਅਸੀਂ ਉਹਨਾਂ ਦੀ ਅਰੈਸਟ ਪਾ ਲਈ ਹੈ। ਅਤੇ ਜਿਹਨਾਂ ਪਾਸੋਂ ਸਾਨੂੰ ਇੱਕ ਲੱਕੜ ਦੀ ਸੋਟੀ, ਇੱਕ ਗੰਡਾਸਾ, ਇੱਕ ਕਿਰਪਾਨ ਅਤੇ ਇੱਕ 32 ਬੋਰਡ ਦੇਸੀ ਪਿਸਟਲ ਰਿਕਵਰ ਹੋਇਆ। ਹਾਂਜੀ, ਜਿਹੜਾ ਇਹਦੇ ਵਿੱਚ ਇੱਕ ਦੋਸ਼ੀ ਗਗਨਦੀਪ ਸਿੰਘ ਹੈ, ਇਹਦਾ ਪਹਿਲਾਂ ਥਾਣੇ ਧਨੌਲੇ ਮੁਕਦਮਾ ਨੰਬਰ 90 ਦਰਜ ਹੈ, 323, 341 ਦਾ। ਅਤੇ ਜਿਹੜਾ ਮੇਨ ਦੋਸ਼ੀ ਹੈ ਪ੍ਰਗਟ ਸਿੰਘ, ਜਿਹਦੇ ਮੇਨ ਵਾਰ ਕਰਕੇ ਸਾਰੇ ਦੋਸ਼ੀਆਂ ਦੇ ਨਾਲ ਇਹਦੇ ਕਰਕੇ ਹੋਇਆ, ਜਿਹੜਾ ਉਹਦੇ 'ਤੇ ਮੁਕਦਮਾ 163/20 ਦਰਜ ਹੈ, ਜਿਹਦਾ 307, 341, 323, 506, 148, 149 ਦਾ ਮੁਕਦਮਾ ਇੱਥੇ ਦਰਜ ਹੈ। ਇਹਨਾਂ ਦੀ ਕੁਛ ਸਮੇਂ ਤੋਂ ਦੋਨਾਂ ਧਿਰਾਂ ਦੀ ਆਪਸ 'ਚ ਲਾਗਡਾਟ ਚੱਲ ਰਹੀ ਸੀ ਅਤੇ ਮੌਕੇ 'ਤੇ ਜਦੋਂ ਇਹਨਾਂ ਦਾ ਆਪਸ ਵਿੱਚ ਜਦੋਂ ਝਗੜਾ ਜ਼ਿਆਦਾ ਵੱਧ ਗਿਆ ਉਹਦੇ ਵਿੱਚ ਆਹ ਵਾਰਦਾਤ ਹੋਈ ਹੈ। ਹਾਂਜੀ, ਜਿਹੜੇ ਅੱਜ ਅਸੀਂ 5 ਤਰੀਕ ਨੂੰ 3 ਦੋਸ਼ੀ ਫੜੇ ਨੇ, ਇਹਨਾਂ ਦਾ ਰਿਮਾਂਡ ਲਵਾਂਗੇ, ਪੇਸ਼ ਕਰਨਾ। 3 ਦੋਸ਼ੀਆਂ ਦਾ ਰਿਮਾਂਡ ਆਲਰੇਡੀ ਚੱਲ ਰਿਹਾ। ਜੂਨ 1984 ਵਿੱਚ ਸਵਰਨ ਮੰਦਿਰ ਅੰਮ੍ਰਿਤਸਰ ਵਿੱਚ ਆਪਰੇਸ਼ਨ ਬਲੂ ਸਟਾਰ ਕੇ ਦੌਰਾਨ ਸ਼ਹੀਦ ਹੋਏ ਸੈਨਿਕ ਅਧਿਕਾਰੀਓ ਔਰ ਬੇਗੁਨਾਹ ਲੋਕ ਜੋ ਉਸ ਸਮੇਂ ਸਵਰਨ ਮੰਦਿਰ ਮੇਂ ਆਤੰਕਵਾਦੀਓ ਕੀ ਗੋਲੀਓ ਕੇ ਸ਼ਿਕਾਰ ਹੋਏ, ਉਨਕੀ ਸਮ੍ਰਿਤੀ ਮੇਂ ਸ਼ਿਵ ਸੈਨਾ ਉੱਤਰ ਭਾਰਤ ਕੀ ਤਰਫ ਸੇ ਜਲੰਧਰ ਸਥਿਤ ਮਿੱਠਾ ਬਾਜ਼ਾਰ ਮੇਂ ਸ਼ਿਵ ਸੈਨਾ ਉੱਤਰ ਭਾਰਤ ਕੇ ਕਾਰਿਆਲਿਆ ਕੇ ਪ੍ਰਾਂਗਣ ਮੇਂ ਹਵਨ ਯੱਗ ਕਾ ਆਯੋਜਨ ਕੀਆ ਗਿਆ। ਇਸ ਅਵਸਰ ਪਰ ਸ਼ਿਵ ਸੈਨਾ ਉੱਤਰ ਭਾਰਤ ਕੀ ਰਾਸ਼ਟਰੀ ਅਧਿਅਕਸ਼ ਦੀਪਕ ਕੰਬੋਜ, ਰਾਸ਼ਟਰੀ ਪ੍ਰਭਾਰੀ ਸ਼ਿਆਮ ਥਾਪਰ, ਤ੍ਰਿਲੋਚਨ ਨਾਥ ਲਾਲਚੰਦ ਔਰ ਕਈ ਸ਼ਿਵ ਸੈਨਿਕੋ ਨੇ ਸ਼ਹੀਦੋ ਕੀ ਯਾਦ ਮੇਂ ਹਵਨ ਯੱਗ ਮੇਂ ਹਉਤੀਆਂ ਡਾਲਕਰ ਸ਼ਹੀਦੋ ਕੋ ਸ਼ਰਧਾਂਜਲੀ ਦੀ। ਇਸ ਦੌਰਾਨ ਸ਼ਿਵ ਸੈਨਾ ਉੱਤਰ ਭਾਰਤ ਕੇ ਰਾਸ਼ਟਰੀ ਅਧਿਅਕਸ਼ ਦੀਪਕ ਕੰਬੋਜ ਨੇ ਬਤਾਇਆ ਕਿ ਜਲੰਧਰ ਕੀ ਪੁਲਿਸ ਨੇ ਕੁਛ ਬੜੇ ਹਿੰਦੂ ਨੇਤਾਓਂ ਕੋ ਘਰੋਂ ਮੇਂ ਨਜ਼ਰਬੰਦ ਕਰ ਦੀਆ ਔਰ ਕੁਛ ਕੋ ਗ੍ਰਿਫਤਾਰ ਵੀ ਕੀਆ, ਲੇਕਿਨ ਫਿਰ ਵੀ ਸ਼ਿਵ ਸੈਨਾ ਉੱਤਰ ਭਾਰਤ ਨੇ ਆਜ 6 ਜੂਨ 2024 ਕੋ ਹਵਨ ਯੱਗ ਕਰ ਸ਼ਹੀਦੋਂ ਕੋ ਸ਼ਰਧਾਂਜਲੀ ਦੀ। ਜਲੰਧਰ ਸੇ ਹਲਚਲ ਕੇ ਲਿਏ ਕੈਮਰਾਮੈਨ ਰਜਨੀ ਸ਼ਰਮਾ ਕੀ ਰਿਪੋਰਟ। ਜੈ ਕਰਾਏ ਵੀਰ ਬਜਰੰਗੇ, ਹਰ ਹਰ ਮਹਾਦੇਵ। ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ, ਜਿਹੜਾ 6 ਤਰੀਕ ਦਾ ਪ੍ਰੋਗਰਾਮ ਅਸੀਂ ਹਰ ਸਾਲ ਮਨਾਉਂਦੇ ਹਾਂ, ਇਸ ਸਾਲ ਵੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਲੈ ਕੇ ਔਰ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਪੁਲਿਸ ਪ੍ਰਸ਼ਾਸਨ ਨਾਲ
ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜਾ 6 ਤਰੀਕ ਨੂੰ ਦੇਈਦੀ ਆ। ਅਸੀਂ ਅੱਜ 6 ਤਰੀਕ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਬੜੀ ਧੂਮਧਾਮ ਨਾਲ ਦਿੱਤੀ ਆ। ਅਤੇ ਬਾਕੀ ਪੁਲਿਸ ਪ੍ਰਸ਼ਾਸਨ ਨੇ ਸਾਡੇ ਜਿੰਨੇ ਵੀ ਸ਼ਿਵ ਸੈਨਿਕ ਆ ਘਰਾਂ 'ਚ ਨਜ਼ਰਬੰਦ ਕੀਤੇ ਸੀ, ਪਰ ਅਸੀਂ ਭਾਵਾਂ ਥੋੜ੍ਹੇ ਵੀ ਬੰਦੇ ਇਕੱਠੇ ਹੋ ਗਏ ਅੱਜ ਸ਼ਿਵ ਸੈਨਾ ਉੱਤਰ ਭਾਰਤ ਵੱਲੋਂ 6 ਤਰੀਕ ਦਾ ਪ੍ਰੋਗਰਾਮ ਮਿੱਠਾ ਬਿਹਾਰ ਦੇ ਵਿੱਚ ਹਵਨ ਯੱਗ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਆ, ਜਿੱਦਾਂ ਹਰ ਸਾਲ ਦਿੱਤੀ ਜਾਂਦੀ ਹੈ। ਜੈ ਸ਼੍ਰੀ ਰਾਮ, ਜੈ ਕਰਾਏ ਵੀਰ ਬਜਰੰਗੇ, ਹਰ ਹਰ ਮਹਾਦੇਵ। अमृतसर में घल्लूगारा के संबंध में सिख जत्थेबंदी दल खालसा की ओर से दी गई अमृतसर शहर के बंद की कॉल को शहरवासियों की ओर से पूरा समर्थन दिया गया, जिसके चलते शहर भर में सभी संस्थान और दुकानें बंद नजर आई और बाजार भी सुनसान दिखाई दिए। इस दौरान कम लोग ही सड़कों पर नजर आए, तो वहीं दल खालसा के नेताओं ने अमृतसर शहरवासियों का आभार व्यक्त करते हुए कहा कि इस शोक की घड़ी में भी उनके साथ शामिल हुए, इसलिए भी उनका आभार व्यक्त करते हैं। इस अवसर पर ACP सुरेंद्र सिंह ने कहा कि 6 जून के संबंध में माननीय पुलिस कमिश्नर द्वारा जो आदेश दिए गए थे वे सभी प्रबंध किए गए हैं और शहर में पुलिस फोर्स जगह जगह तैनात की गई है। वरिष्ठ पुलिस अधिकारियों की ओर से भी सड़कों पर उतरकर पेट्रोलिंग की जा रही है। इस दौरान जगह जगह नाकाबंदी भी की गई। उन्होंने कहा कि शहर में बिल्कुल अमन शांति बनी हुई है। अमृतसर से हलचल के लिए सुनील खोसला की रिपोर्ट। आज 6 जून के संबंध में जिहड़ा साडा मानयोग CP सर वालों जो प्रबंध किए गए हैं जी, उस संबंधी साडी फोर्स जिहड़ी है प्रोपर तैनात है जी। नाकाबंदियां और पेट्रोलिंग साढ़े सीनियर ऑफिसर भी बाहर ने, असं भी बाहर हाँ, तो पीसफुली जोड़ा है अज का चल रहा जी दिन। नहीं जी नहीं, बिल्कुल ठीक है जी, पीसफुली है, क्योंकि लोगों ने भी सहयोग दिता है, लोगों ने अपने लैवल पर ही जोड़ा बाजार बंद रखा और दल खालसा वाले भी आए आ, ये भी देख रहे हैं, तो बिल्कुल पीसफुली चल रहा जी, किसी किस्म की भी कोई प्रॉब्लम नहीं आएगी। हाँ जी हाँ जी बिल्कुल, ਸਾਡੇ ਵੱਲੋਂ ਜੀ ਦੇਖੋ ਅਸੀਂ ਸਾਰੇ ਮੇਨ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚ, ਉਸ ਤੋਂ ਬਾਹਰ ਔਰ ਵਾਲ ਸਟਰੀਟ ਦੇ ਵਿੱਚ ਸਾਰਿਆਂ ਨੂੰ ਏਰੀਏ ਨੂੰ ਨਾਕਿਆਂ ਨਾਲ ਕਵਰ ਕੀਤਾ ਹੋਇਆ। ਪੈਰਾਮਿਲਟਰੀ ਫੋਰਸ ਸਾਡੀ ਲੱਗੀ ਹੋਈ ਆ, ਦੂਸਰੇ ਡਿਸਟ੍ਰਿਕਟ ਤੋਂ ਵੀ ਫੋਰਸ ਆਈ ਹੋਈ ਆ ਔਰ ਸਾਡੇ ਜ਼ਿਲ੍ਹੇ ਦੀ ਫੋਰਸ ਵੀ ਤੈਨਾਤ ਹੈ ਜੀ, ਔਰ ਬਿਲਕੁਲ ਪੀਸਫੁਲੀ ਜਿਹੜਾ ਸਾਰਾ ਪ੍ਰੋਗਰਾਮ ਚੱਲ ਰਿਹਾ। ਆਵਾਜਾਈ ਚੱਲ ਰਹੀ ਹੈ? ਹਾਂਜੀ ਹਾਂਜੀ ਬਿਲਕੁਲ ਜੀ, ਤੁਹਾਡੇ ਸਾਹਮਣੇ ਹੀ ਆ, ਦੇਖ ਲਓ ਜੀ, ਆਵਾਜਾਈ ਬਿਲਕੁਲ ਚੱਲ ਰਹੀ ਹੈ ਔਰ ਕਿਸੇ ਕਿਸਮ ਦੀ ਕੋਈ ਰੋਕ ਕਿਤੇ ਵੀ ਹੈ ਨਹੀਂ। ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਪੀੜ ਦੇ ਵਜੋਂ ਦਲ ਖਾਲਸਾ ਵੱਲੋਂ 6 ਜੂਨ ਅੰਮ੍ਰਿਤਸਰ ਬੰਦ ਦੀ ਕੌਲ ਦਿੱਤੀ ਗਈ ਸੀ ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਇਹ ਕੌਲ ਦਿੰਦੇ ਆ ਰਹੇ ਹਾਂ ਔਰ ਅੰਮ੍ਰਿਤਸਰ ਦੇ ਹਰੇਕ ਵਰਗ ਨੇ ਹਮੇਸ਼ਾ ਹੀ ਆਪਣੇ ਕਾਰੋਬਾਰੀ ਅਦਾਰੇ ਇਸ ਦਿਨ ਬੰਦ ਰੱਖ ਕੇ ਸਾਡਾ ਸਹਿਯੋਗ ਦਿੱਤਾ। ਅਸੀਂ ਹਰੇਕ ਕਮਿਊਨਿਟੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਇਸ ਪੀੜਾਂ ਦੇ ਸ਼ਾਮਿਲ ਹੁੰਦੇ ਨੇ ਔਰ ਅੱਗੇ ਤੋਂ ਵੀ ਅਸੀਂ ਉਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਹਰ ਸਾਲ ਜਿਹੜੇ ਆ ਉਹ ਪੱਕੇ ਬੰਦ ਰੱਖ ਕੇ ਸਾਡੀ ਇਸ ਪੀੜਾਂ ਦੇ ਵਿੱਚ ਹਰ ਸਾਲ ਸ਼ਾਮਿਲ ਹੋਇਆ ਕਰਨਗੇ। ਇਸੇ ਆਸ ਦੇ ਨਾਲ ਅਸੀਂ ਉਹਨਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਇਸ ਨੂੰ ਕਾਮਯਾਬ ਕਰਕੇ ਬੰਦ ਨੂੰ ਇੱਕ ਜਿੱਥੇ ਸਾਡੇ ਨਾਲ ਸਾਡੀ ਪੀੜਾ ਦੇ ਸ਼ਾਮਿਲ ਹੋਏ ਨੇ ਉੱਥੇ ਸਟੇਟ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੀਆਂ ਸਾਰੀਆਂ ਕਮਿਊਨਿਟੀਜ਼ ਇੱਕ ਦੂਸਰੇ ਦੇ ਨਾਲ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸਾਂਝੀਆਂ ਨੇ। ਸੋ ਜਿਸ ਤਰੀਕੇ ਦੇ ਨਾਲ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੇ ਸੰਘਰਸ਼ ਨੂੰ ਸਿਰਫ ਸਿੱਖਾਂ ਦੇ ਸੰਘਰਸ਼ ਤੱਕ ਸੀਮਿਤ ਕੀਤਾ ਜਾ ਰਿਹਾ ਵਾ, ਅੱਜ ਦਾ ਹੀ ਬੰਦ ਦੀ ਕੌਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਰੀਆਂ ਕਮਿਊਨਿਟੀਜ਼ ਨੇ ਸਾਥ ਦਿੱਤਾ ਆ ਉਹ ਇੰਡੀਅਨ ਸਟੇਟ ਦੇ ਉਸ ਪ੍ਰੋਪੇਗੰਡੇ ਦੇ ਉੱਤੇ ਚਪੇੜ ਆ ਉਹਦੇ ਮੂੰਹ ਦੇ ਉੱਤੇ,
ਕਿ ਆ ਵੇਖੋ ਪੰਜਾਬ ਦੇ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਸ ਹਮਲੇ ਦੇ ਵਿਰੋਧ ਦੇ ਵਿੱਚ ਇਕੱਠੀਆਂ ਨੇ। ਸੋ ਸਾਡਾ ਸੰਘਰਸ਼ ਜਿਹੜਾ ਇਕੱਠਾ ਹੈ, ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਇਕੱਠੇ ਹੋ ਕੇ ਸੰਘਰਸ਼ ਨੂੰ ਜਿਹੜਾ ਮੰਜ਼ਿਲ ਤੱਕ ਲੈ ਕੇ ਜਾਣ ਦੇ ਲਈ ਕਾਮਯਾਬੀ ਦੇ ਲਈ ਜਿਹੜਾ ਯਤਨਸ਼ੀਲ ਕਰੀਏ। ਬਿਲਕੁਲ, ਇਹ ਤਾਂ ਹਮੇਸ਼ਾ ਰਹੀ ਹੈ ਗੱਲ, ਇਹ ਹਰ ਵਾਰ ਕੀਤਾ ਜਾਂਦਾ, ਪਰ ਮੈਨੂੰ ਲੱਗਦਾ ਕਿ ਇਸ ਤੋਂ ਹੁਣ ਅੱਗੇ ਵਧਣ ਦੀ ਜ਼ਰੂਰਤ ਆ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸਿਰਫ ਬਿਆਨਾਂ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਿਰਫ ਬਿਆਨ ਦੇ ਧਿਆਨ ਏਕਤਾ ਨਹੀਂ ਹੋ ਜਾਂਦੀ ਹੁੰਦੀ, ਸਗੋਂ ਜੇ ਉਹਨਾਂ ਨੇ ਇਹ ਗੱਲ ਕਹੀ ਹੈ ਤਾਂ ਉਹਨਾਂ ਨੂੰ ਅੱਗੇ ਹੋ ਕੇ ਇਸ ਦੀ ਪਹਿਲਕਦਮੀ ਕਰਦੇ ਹੋਏ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ। ਬਟ ਉਹ ਇਕੱਠ ਜਿਹੜਾ ਆ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰਨ ਦੀ, ਜੇ ਉਹਦੇ 'ਚ ਬੋ ਆਏਗੀ ਫਿਰ ਉਹ ਇਕੱਠ ਜਿਹੜਾ ਕਿਸੇ ਵੀ ਕੰਮ ਦਾ ਨਹੀਂ ਗਾ। ਜੇ ਪੰਜਾਬ ਅਤੇ ਪੰਥਕ ਏਜੰਡਿਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੋਈ ਵੀ ਏਜੰਡਾ ਉਲੀਕਿਆ ਜਾਏਗਾ, ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸਹਿਯੋਗ ਦੇਣ। ਬਿਲਕੁਲ, ਅੰਮ੍ਰਿਤਸਰ ਦੇ ਲੋਕ ਹਰ ਸਾਲ ਚੰਗਾ ਹੁੰਗਾਰਾ ਸਾਨੂੰ ਦਿੰਦੇ ਨੇ, ਅੱਜ ਵੀ ਤੁਸੀਂ ਵੇਖ ਸਕਦੇ ਹੋ ਨਿੱਕੇ ਤੋਂ ਲੈ ਕੇ ਵੱਡੇ ਤੋਂ ਵੱਡਾ ਸਾਰਾ ਅਦਾਰਾ ਜਿਹੜਾ ਬੰਦ ਆ। ਆਵਾਜਾਈ ਅਸੀਂ ਕਦੀ ਨਹੀਂ ਰੋਕੀ ਨਾ ਹੀ ਕਦੀ ਰੋਕਾਂਗੇ, ਔਰ ਐਮਰਜੈਂਸੀ ਸੇਵਾਵਾਂ ਵੀ ਜਿਹੜੀਆਂ ਲਗਾਤਾਰ ਜਾਰੀ ਰਹਿੰਦੀਆਂ ਨੇ, ਚਾਹੇ ਮੈਡੀਕਲ ਹੋਣ, ਹੋਸਪਿਟਲ ਹੋਣ, ਉਸ ਤੋਂ ਇਲਾਵਾ ਬਾਕੀ ਜਿੰਨੇ ਵੀ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਨੇ ਅੱਜ ਸਾਰੇ ਬੰਦ ਨੇ। ਸੋ ਉਹਦੇ ਲਈ ਅਸੀਂ ਅੰਮ੍ਰਿਤਸਰ ਦੀਆਂ ਸਾਰੀਆਂ ਕਮਿਊਨਿਟੀਜ਼ ਦਾ ਧੰਨਵਾਦ ਕਰਦੇ। ਪ੍ਰਸ਼ਾਸਨ ਦਾ ਬਿਲਕੁਲ ਠੀਕ ਰਿਹਾ, ਅਸੀਂ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆ ਲੋਕਾਂ ਦੇ ਕੋਲ ਜਾ ਕੇ ਅਪੀਲ ਕਰਦੇ, ਇਸ ਕਰਕੇ ਸਾਨੂੰ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀ, ਨਾ ਹੀ ਪ੍ਰਸ਼ਾਸਨ ਨੂੰ ਇਸ ਗੱਲ ਦੀ ਸਮੱਸਿਆ ਆਉਂਦੀ ਆ, ਕਿਉਂਕਿ ਅਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ, ਸਾਡੀ ਬੇਨਤੀ ਹੁੰਦੀ ਹੈ ਲੋਕਾਂ ਨੂੰ, ਔਰ ਲੋਕ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਨੇ, ਔਰ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦੇ ਵਿੱਚ ਜਿਹੜਾ ਈਜ਼ ਰਹਿੰਦਾ ਆ, ਕਿਉਂਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਲਾ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਕ੍ਰੀਏਟ ਨਹੀਂ ਕੀਤੀ ਜਾਂਦੀ। ਦਰਬਾਰ ਸਾਹਿਬ ਹਮਲੇ ਦੀ ਜਿਹੜਾ ਸਾਡਾ ਤੀਜਾ ਘੱਲੂਗਾਰਾ ਸੀ, ਉਸ ਦੇ ਪ੍ਰੋਟੈਸਟ ਵਜੋਂ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਸੀ। ਅੰਮ੍ਰਿਤਸਰ ਵਾਸੀਆਂ ਨੇ ਸਾਡੀ ਕਾਲ 'ਤੇ ਹੁੰਗਾਰਾ ਦਿੰਦੇ ਹੋਏ ਅੱਜ ਅੰਮ੍ਰਿਤਸਰ ਬੰਦ ਰੱਖਿਆ। ਅਸੀਂ ਧੰਨਵਾਦ ਕਰਦੇ ਹਾਂ ਅੰਮ੍ਰਿਤਸਰ ਦੇ ਲੋਕਾਂ ਦਾ। ਬੰਦ ਜਿਹੜਾ ਇੱਕ ਆਪਣੀ ਗੱਲ ਕਹਿਣ ਦਾ, ਆਪਣੇ ਐਂਗਰ ਦਾ ਨੂੰ ਐਕਸਪ੍ਰੈਸ ਕਰਨ ਦਾ ਬੈਸਟ ਡੈਮੋਕ੍ਰੈਟਿਕ ਟੂਲ ਹੈ। ਲੋਕਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਲੋਕਾਂ ਦੀ ਆਵਾਜ਼ ਹੁੰਦੀ ਹੈ, ਲੋਕਾਂ ਦਾ ਇੱਕ ਤਰੀਕੇ ਦੇ ਨਾਲ ਫਤਵਾ ਹੁੰਦਾ। ਲੋਕਾਂ ਨੇ ਇਹ ਆਪਣੀ ਆਵਾਜ਼ ਦਿੱਤੀ ਹੈ ਕਿ ਲੋਕਾਂ ਨੂੰ ਜਿਹੜਾ ਭਾਰਤ ਸਰਕਾਰ ਨੇ 40 ਸਾਲ ਪਹਿਲਾਂ ਇਹ ਗੁਨਾਹ ਕੀਤਾ ਸੀ, ਲੋਕ ਉਹਨੂੰ ਭੁੱਲੇ ਨਹੀਂ ਆ, ਔਰ ਲੋਕਾਂ ਨੂੰ ਇਹ ਗੱਲ ਸਰਕਾਰ ਦਾ ਜਿਹੜਾ ਗੁਨਾਹ ਹੈ ਉਹ ਲੋਕਾਂ ਨੂੰ ਇਹ ਅਹਿਸਾਸ ਹੈ ਕਿ ਉਹ ਗਲਤ ਕੀਤਾ ਸੀ ਉਸ ਵੇਲੇ ਦੀ ਸਰਕਾਰ ਨੇ। ਉਸ ਵੇਲੇ ਦੀ ਸਰਕਾਰ ਨੇ ਜਿਸ ਤਰ੍ਹਾਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਸੈਂਕੜੇ ਸ਼ਰਧਾਲੂਆਂ ਨੂੰ ਮਾਰਿਆ, ਇਹ ਇੱਕ ਬਲੰਡਰ ਸੀ, ਇੱਕ ਸਿਨ ਸੀ, ਗੁਨਾਹ ਸੀ, ਔਰ ਲੋਕਾਂ ਨੇ ਅੱਜ ਬੰਦ ਦੇ ਵਿੱਚ ਸ਼ਾਮਿਲ ਹੋ ਕੇ ਗਵਰਨਮੈਂਟ ਨੂੰ ਇੱਕ ਮੈਸੇਜ ਦਿੱਤਾ, ਇੱਕ ਸਟਰੋਂਗ ਮੈਸੇਜ ਦਿੱਤਾ, ਔਰ ਬੰਦ ਇੱਕ ਵਾਈਡ ਸਪਰੈਡ ਮੈਸੇਜ ਦੇਣ ਦਾ ਇੱਕ ਤਰੀਕਾ ਹੁੰਦਾ, ਔਰ ਉਹ ਵਾਈਡ ਸਪਰੈਡ ਮੈਸੇਜ ਅੱਜ ਗਿਆ ਸਰਕਾਰ ਤੋਂ ਕਿ ਲੋਕ ਉਹਨਾਂ ਦੀਆਂ ਪੋਲਿਸੀਜ਼ ਤੋਂ, ਉਹਨਾਂ ਦੇ ਤਰੀਕੇਕਾਰ ਤੋਂ ਖਫਾ ਨੇ, ਗੁੱਸਾ ਨੇ, ਨਾਰਾਜ਼ ਨੇ, ਔਰ ਲੋਕਾਂ ਨੂੰ ਪਸੰਦ ਨਹੀਂ ਹੈ ਜਿਸ ਤਰੀਕੇ ਦੇ ਨਾਲ ਉਹ ਐਂਟੀ ਹਿਊਮਨ ਐਕਸ਼ਨਸ ਓਪਰੇਸ਼ਨਸ ਕਰਦੇ ਨੇ। ਸਿੰਘ ਸਾਹਿਬ ਦਾ ਸੰਦੇਸ਼ ਓਕੇ ਸੀ, ਸੈਟਿਸਫੈਕਟਰੀ ਸੀ, ਉਹਨਾਂ ਨੇ ਬਹੁਤ ਵਾਈਡ ਸਪਰੈਡ ਗੱਲਾਂ ਕੀਤੀਆਂ ਨੇ, ਔਰ ਇਹ ਸਾਰੀਆਂ ਗੱਲਾਂ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ। ਲੇਕਿਨ ਉਹਨਾਂ ਨੇ ਸਮ ਅਪ ਕੀਤਾ, ਔਰ ਜਦੋਂ ਤਖ਼ਤ ਤੋਂ ਪੜਿਆ ਜਾਂਦਾ ਤਾਂ ਉਹਦੀ ਇੱਕ ਬੜੀ ਵੈਲਿਊ ਹੁੰਦੀ ਹੈ, ਉਹਦੀ ਇੱਕ ਕਦਰ ਹੁੰਦੀ ਹੈ, ਔਰ ਜਦੋਂ ਤਖ਼ਤ ਤੋਂ ਪੜਿਆ ਜਾਂਦਾ ਤਾਂ ਕੌਮ ਨੂੰ ਤਾਂ ਉਹ ਹਲੂਣਾ ਦਿੰਦਾ ਹੀ ਹੈ। ਦੇਖਣ ਵਾਲੀ ਗੱਲ ਹੈ ਕਿ ਸਰਕਾਰ ਤੱਕ ਉਹ ਮੈਸੇਜ ਕਿਵੇਂ ਪਹੁੰਚਦਾ, ਸਰਕਾਰ ਉਹਨੂੰ ਕਿਵੇਂ ਲੈਂਦੀ ਹੈ, ਹਾਓ ਗਵਰਨਮੈਂਟ ਰਿਐਕਟ। ਜੇ ਸਿੰਘ ਸਾਹਿਬ ਕਹਿ ਰਹੇ ਨੇ ਕਿ ਬੰਦੀ ਸਿੰਘ ਛੱਡੋ ਅਤੇ ਸਰਕਾਰ ਨਹੀਂ ਛੱਡਦੀ, ਤਾਂ ਸਾਡੇ ਸਿੱਖਾਂ ਨੂੰ ਸਮਝ ਆਉਣੀ ਚਾਹੀਦੀ ਕਿ ਜਿਹੜਾ ਸਾਡੇ ਤਖ਼ਤ ਦੀ ਗੱਲ ਨਹੀਂ ਮੰਨ ਰਿਹਾ ਉਹ ਸਾਡੀ ਕਾਹਦੀ ਸਰਕਾਰ ਹੈ, ਸਾਡੀ ਕਾਹਦੀ ਗਵਰਨਮੈਂਟ ਹੈ, ਸਾਡਾ ਕਾਹਦਾ ਦੇਸ਼ ਹੈ। ਹਾਲੇ ਵੀ ਅਸੀਂ ਉਹਨੂੰ ਆਪਣਾ ਦੇਸ਼ ਕਹੀ ਜਾ ਰਹੇ ਹਾਂ ਜਦੋਂ ਸਾਡਾ ਦੇਸ਼ ਸਾਡੇ ਤਖ਼ਤ ਦੀ ਗੱਲ ਨਹੀਂ ਮੰਨਦਾ ਪਿਆ। ਸੋ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ। 84 ਨੇ ਸਾਡਾ ਰਿਸ਼ਤਾ ਇਸ ਸਟੇਟ ਦੇ ਨਾਲ, ਇਹਨਾਂ ਸਰਕਾਰਾਂ ਦੇ ਨਾਲ, ਇਹਨਾਂ ਪਾਰਟੀਆਂ ਦੇ ਨਾਲ, ਮੁੱਖ ਧਾਰਾ ਦੇ ਨਾਲ ਤੋੜ ਦਿੱਤਾ ਸੀ। ਜਿਹੜੀ ਇੱਕ ਵਨਨੈਸ ਦੀ ਭਾਵਨਾ ਸੀ, ਆਪਣੇਪਨ ਦੀ ਭਾਵਨਾ ਸੀ, ਉਹ ਖਤਮ ਹੋ ਗਈ ਸੀ 84 ਜਦੋਂ ਟੈਂਕ ਦਰਬਾਰ ਸਾਹਿਬ 'ਤੇ ਆ ਗਏ, ਜਦੋਂ ਕਿਹੜੀ ਗੌਰਮੈਂਟ
ਟੈਂਕ ਲੈ ਕੇ ਮੁਕੱਦਸ ਥਾਵਾਂ 'ਤੇ ਵੜ ਜਾਏ, ਫਿਰ ਵੀ 40 ਸਾਲ ਤੱਕ ਸਾਡੇ ਕੁਝ ਸਿੱਖ ਉਹਨੂੰ ਆਪਣਾ ਦੇਸ਼, ਆਪਣੀ ਹਕੂਮਤ, ਆਪਣਾਪਨ ਦਿਖਾਈ ਜਾਣ, ਤਾਂ ਫਿਰ ਮੈਂ ਸਮਝਦਾ ਕਿ ਉਹਨਾਂ ਤੋਂ ਵੱਡੇ ਮੂਰਖ ਹੋਰ ਕੋਈ ਨਹੀਂ ਹੋ ਸਕਦਾ। ਸ਼੍ਰੀ ਮਹਾਵੀਰ ਸ਼ਨੀ ਮੰਦਿਰ ਮੁਹੱਲਾ ਨੰਬਰ 18 ਜਲੰਧਰ ਕੈਂਟ ਮੇਂ ਸ਼ਨੀ ਜਯੰਤੀ ਕੇ ਉਪਲਕਸ਼ ਮੇਂ ਪੰਕਜ ਅਗਰਵਾਲ ਵ ਉਨਕੀ ਧਰਮ ਪਤਨੀ ਦੁਆਰਾ ਹਵਨ ਯੱਗ ਕਰਵਾਇਆ ਗਿਆ, ਜਿਸਕੇ ਉਪਰੰਤ ਭੰਡਾਰੇ ਕਾ ਆਯੋਜਨ ਵੀ ਕੀਆ ਗਿਆ। ਇਸ ਅਵਸਰ ਪਰ ਮੰਦਿਰ ਕੇ ਪੁਜਾਰੀ ਖੇਮਚੰਦ ਜੋਸ਼ੀ ਨੇ ਆਏ ਹੋਏ ਭਕਤਜਨੋਂ ਕਾ ਧੰਨਵਾਦ ਵਿਅਕਤ ਕੀਆ। ਇਸ ਮੌਕੇ ਪਰ ਮਨੋਜ ਜੋਸ਼ੀ, ਲਵਜੀਤ ਜੋਸ਼ੀ, ਈਸ਼ੂ ਸ਼ਰਮਾ, ਸੰਤੋਸ਼ ਜੋਸ਼ੀ, ਪੂਜਾ ਸੁਨੀਤਾ, ਰਾਜੀਵ ਸ਼ਰਮਾ ਔਰ ਅਨਯ ਭਕਤਜਨ ਵੀ ਸ਼ਾਮਿਲ ਰਹੇ। ਜਲੰਧਰ ਕੈਂਟ ਸੇ ਹਲਚਲ ਕੇ ਲਈ ਕੈਮਰਾਮੈਨ ਜਤਿਨ ਰਾਜਪੂਤ ਕੀ ਰਿਪੋਰਟ। महावीर शनि मंदिर से आज शनि जयंती है और पूरे भारतवर्ष में बड़ी धूमधाम से मनाई जाती है। आज का दिन सबसे बड़ा दिन है, आज सबकी मनोकामनाएं पूरी होती है। आज अमावस्या भी है, सूर्यपुत्र सिंह देव सब पे कृपा करें, यही हमारी दास है। सुबह हमने हवन यज्ञ कराया, उसके बाद में लंगर भोजन का प्रबंध किया है, सबकी कृपा करें। ਮਾਂ ਬੰਗਲਾ ਮੁਖੀ ਧਾਮ ਗੁਲਮੋਹਰ ਸਿਟੀ ਨਜ਼ਦੀਕ ਲੰਬਾ ਪਿੰਡ ਚੌਂਕ ਜਲੰਧਰ ਵਿੱਚ ਮਾਂ ਬੰਗਲਾ ਮੁਖੀ ਜੀ ਕੇ ਨਿਮਿਤ ਸਪਤਾਹਿਕ ਸ਼ੰਖਲਾਬੱਧ ਦਿਵਯ ਹਵਨ ਯੱਗ ਕਾ ਆਯੋਜਨ ਕੀਆ ਗਿਆ, ਜਿਸ ਮੇਂ ਪੰਜਾਬ, ਹਿਮਾਚਲ, ਹਰਿਆਣਾ, ਯੂਪੀ ਸੇ ਆਈ ਹੋਈ ਸੰਗਤ ਨੇ ਹਵਨ ਯੱਗ ਮੇਂ ਹੂਤੀਆਂ ਡਾਲੀ। ਸਰਵਪ੍ਰਥਮ ਬ੍ਰਹਮਣੂ ਦੁਆਰਾ ਮੁਖੀ ਯਜਮਾਨੋ ਸੇ ਵਿਧੀਵਤ ਵੈਦਿਕ ਰੀਤੀ ਅਨੁਸਾਰ ਪੰਚੋਪਚਾਰ ਪੂਜਨ, ਛੋਟਸ਼ੋਪਚਾਰ ਪੂਜਨ, ਨਵਗ੍ਰਹਿ ਪੂਜਨ ਉਪਰੰਤ ਸਪਰਿਵਾਰ ਹਵਨ ਯੱਗ ਮੇਂ ਹੂਤੀਆਂ ਡਲਵਾਈ। ਤੋ ਵਹੀ ਮਾਂ ਬੰਗਲਾ ਮੁਖੀ ਜੀ ਕੇ ਨਿਮਿਤ ਹਵਨ ਯੱਗ ਉਪਰੰਤ ਆਏ ਹੋਏ ਮਾਂ ਭਕਤੋ ਸੇ ਆਪਣੇ ਵਿਚਾਰ ਵਿਅਕਤ ਕਰਤੇ ਹੋਏ ਸਿੱਧ ਮਾਂ ਬੰਗਲਾ ਮੁਖੀ ਧਾਮ ਕੇ ਪ੍ਰੇਰਕ ਪ੍ਰਵਕਤਾ ਨਵਜੀਤ ਭਾਰਦਵਾਜ ਜੀ ਨੇ ਦਿਵਯ ਹਵਨ ਯੱਗ ਉਪਰੰਤ ਆਏ ਹੋਏ ਮਾਂ ਭਕਤੋ ਕੋ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਸ਼ਾ, ਈਰਸ਼ਾ ਜੈਸੀ ਬੁਰਾਈਓ ਸੇ ਬਚਨੇ ਕਾ ਸੰਦੇਸ਼ ਦਿਆ। ਉਹਨਾਂ ਕਿਹਾ ਕਿ ਅਗਰ ਕੋਈ ਬੁਰਾਈ ਹਮਾਰੇ ਸਵਭਾਵ ਮੇਂ ਆ ਗਈ ਤੋ ਹਮਾਰਾ ਪਤਨ ਹੋ ਸਕਤਾ ਹੈ। ਧਿਆਨ ਰੱਖੇ ਕਿ ਇੱਕ ਛੋਟਾ ਸਾ ਗਲਤ ਕਾਮ ਪੂਰੇ ਜੀਵਨ ਕੀ ਤਪੱਸਿਆ ਪਰ ਕਲੰਕ ਲਗਾ ਸਕਤਾ ਹੈ। ਇਸ ਅਵਸਰ ਪਰ ਸ਼ਵੇਤਾ ਭਾਰਦਵਾਜ, ਪੂਨਮ ਪ੍ਰਭਾਕਰ, ਸਰੋਜ ਵਾਲਾ, ਸੁਨੀਤਾ, ਅੰਜੂ, ਗੁਰਵੀਰ, ਮੰਜੂ, ਕਮਲਜੀਤ, ਧਰਮਪਾਲ, ਕਮਲੇਸ਼, ਅਮਰਜੀਤ ਸਿੰਘ, ਰਾਕੇਸ਼ ਪ੍ਰਭਾਕਰ, ਸਮੀਰ ਕਪੂਰ, ਰੋਹਿਤ ਭਾਟੀਆ, ਅਮਰਿੰਦਰ ਕੁਮਾਰ ਸ਼ਰਮਾ, ਸਮੀਰ ਚੋਪੜਾ, ਨਵਦੀਪ, ਬਾਬਾ ਜੋਸ਼ੀ, ਰਾਜੇਸ਼ ਮਹਾਜਨ, ਅਸ਼ਵਨੀ ਸ਼ਰਮਾ, ਕਨਹੱਈਆ, ਉਦੇ, ਅਜੀਤ ਕੁਮਾਰ, ਬਾਬਾ ਖੰਨਾ, ਨਵੀਨ ਜੀ, ਮਨੀਸ਼ ਸ਼ਰਮਾ, ਸੁੱਖਾ, ਅਮਨਦੀਪ, ਅਵਤਾਰ ਸੈਨੀ, ਗੌਰੀ, ਕੇਤਨ ਸ਼ਰਮਾ, ਅਜੇ ਸ਼ਰਮਾ, ਰਿੰਕੂ ਸੈਨੀ, ਦੀਪਕ, ਪ੍ਰਦੀਪ, ਪ੍ਰਵੀਨ, ਵਿਸ਼ਾਲ, ਆਰਿਆਨ ਅਗਰਵਾਲ, ਗੁਰਪ੍ਰੀਤ ਸਿੰਘ, ਨਿਤਿਸ਼ ਤ੍ਰੇਹਨ, ਸੁਮਿਤ ਜੈਨ, ਵਰੁਣ ਲਵਲੀ, ਰੋਹਿਤ, ਰਵੀ ਭੱਲਾ, ਸੁਨੀਲ ਜੱਗੀ, ਪ੍ਰਿੰਸ ਕੁਮਾਰ ਠਾਕੁਰ, ਬਲਦੇਵ ਸਿੰਘ ਸਹਿਤ ਭਾਰੀ ਸੰਖਿਆ ਮੇਂ ਭਕਤਜਨ ਮੌਜੂਦ ਰਹੇ। ਵਹੀ ਹਵਨ ਯੱਗ ਉਪਰੰਤ ਵਿਸ਼ਾਲ ਲੰਗਰ ਭੰਡਾਰੇ ਕਾ ਆਯੋਜਨ ਵੀ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਰੇਂਦਰ ਬਾਬਾ ਕੀ ਰਿਪੋਰਟ। ਮਨ ਦੇ ਭਾਵ ਪ੍ਰਗਟ ਕਰੀ ਦੇ, ਕੋਈ ਨਾ ਕੋਈ ਆਉਂਦਾ ਹੈ, ਭਾਈ ਬੰਧੂ ਬੈਠਦਾ ਹੈ, ਵਿਚਾਰ ਵਿਮਰਸ਼ ਹੁੰਦਾ ਹੈ। ਅੱਜ ਦਾ ਮਨ ਦਾ ਭਾਵ ਹੈ ਕਿ ਕਿਸੇ ਦੇ ਮਨ ਚ ਬੁਰਾਈ ਆ ਜਾਵੇ, ਕਿਸੇ ਵੀ ਤਰ੍ਹਾਂ ਦੀ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ, ਕਿਸੇ ਤਰ੍ਹਾਂ ਦੀ ਵੀ ਬੁਰਾਈ ਹੈ, ਕਿਸੇ ਦੀ ਨਿੰਦਿਆ ਚੁਗਲੀ ਜਾਂ ਕਿਸੇ ਦੇ ਵੀ ਚੁੱਕ ਦੇ ਵਿੱਚ ਬੰਦਾ ਜਦੋਂ ਆ ਜਾਂਦਾ ਤੇ ਉਹਦਾ ਪਤਾ ਨਿਸ਼ਚਿਤ ਹੈ, ਉਹਨੂੰ ਰੋਕ ਨਹੀਂ ਸਕਦਾ ਕੋਈ ਵੀ, ਸਰਵਨਾਸ਼ ਉਹਦਾ ਨਿਸ਼ਚਿਤ ਹੈ। ਇਹਦੇ ਲਈ ਇੱਕ ਕਥਾ ਹੈ, ਭਗਵਤ ਦੀ ਕਿਰਪਾ ਤੁਹਾਡੇ ਤੇ ਹੋਣੀ ਹੀ ਹੋਣੀ ਹੈ। ਇਸ ਲਈ ਕੋਈ ਵੀ ਉਲਟ ਸਿੱਧ ਕਰੇ ਉਹਨੂੰ ਛੋੜ ਦਿਓ, ਵਕਤ ਆਪਣੇ ਆਪ ਘੁਮਾ ਕੇ ਲੈ ਕੇ ਆਉਂਦਾ ਉਸ ਮੂਡ ਦੇ ਉੱਤੇ ਜਦੋਂ ਆਪਣੇ ਤੇ ਬਦਾਨੇ ਦਾ ਬੋਧ ਹੁੰਦਾ ਹੈ, ਤੁਹਾਨੂੰ ਆਪਣੇ ਕੀਤੇ ਗਏ ਕਰਮਾਂ ਦਾ ਤੇ ਉਹਦੇ ਫਲ ਦਾ ਬੋਧ ਹੁੰਦਾ। ਸੋ ਇਸ ਲਈ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਛੱਡਦੇ ਚਲਦੇ ਜਾਣਾ ਔਰ ਧਰਮ ਦੇ ਵੱਲ ਜੈ ਜੈਕਾਰ ਕਰਦੀ ਜਾਣੀ ਹੈ।
ਔਰ ਇਸਦੇ ਨਾਲ ਨਾਲ ਮੈਂ ਦੁਬਾਰਾ ਫਿਰ ਕਹਿ ਰਿਹਾ ਅੱਜ ਸ਼ਾਮ ਨੂੰ 6 ਵਜੇ ਤੋਂ ਇੱਕ ਵਿਸ਼ਾਲ ਅਲੌਕਿਕ ਹਵਨ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹ ਚ ਸਾਰੇ ਭਗਤ ਜਨ ਸਾਰਾ ਪਰਿਵਾਰ ਦਰਸ਼ਨ ਦਿਓ, ਹਵਨ ਯੱਗ ਵਿੱਚ ਆਹੁਤੀਆਂ ਡਾਲੋ ਔਰ ਪੁੰਨ ਦੇ ਭਾਗੀਦਾਰ ਬਣੋ। ਉਸ ਤੋਂ ਉਪਰੰਤ ਇੱਕ ਵਿਸ਼ਾਲ ਲੰਗਰ ਭੰਡਾਰੇ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਬੁਰਾਈਆਂ ਦਾ ਸਾਥ ਨਹੀਂ ਦੇਣਾ, ਅੱਛਾਈਆਂ ਵੱਲ ਚੱਲਦੇ ਜਾਣਾ। ਬੁਰਾਈ ਔਰ ਅੱਛਾਈ ਦਾ ਬੇੜਾ ਦੋਨੋਂ ਬਰਾਬਰ ਚੱਲਦੇ ਹੈ। ਬੁਰਾਈ ਦਾ ਬੇੜਾ ਬਹੁਤ ਤੇਜ਼ੀ ਨਾਲ ਅੱਗੇ ਵੱਧ ਕੇ ਸੈਂਟਰ ਤੱਕ ਪਹੁੰਚਦਾ ਪਰ ਅੱਛਾਈ ਦਾ ਬੇੜਾ ਅੱਗੇ ਪਿੱਛੇ ਚੱਲਦਾ ਜਾ ਰਿਹਾ। ਪਰ ਜਿੱਤ ਐਂਡ ਆਫ ਦਾ ਡੇ ਸੱਚਾਈ ਦੀ। ਸ਼ਿਵ ਸ਼ਕਤੀ ਮਾਂ ਬੰਗਲਾ ਮੁਖੀ ਮੰਦਿਰ ਦਿਲਬਾਗ ਨਗਰ ਐਕਸਟੈਂਸ਼ਨ ਗਰੋਵਰ ਕਾਲੋਨੀ ਜਲੰਧਰ ਮੇਂ ਮਾਂ ਬੰਗਲਾ ਮੁਖੀ ਜੀ ਕੇ ਨਿਯਮਿਤ ਸਪਤਾਹਿਕ ਹਵਨ ਯੱਗ ਕੀਆ ਗਿਆ। ਇਸ ਮੌਕੇ ਪਰ ਸਰਵ ਪ੍ਰਥਮ ਸੁਬਹੇ ਮਾਂ ਬੰਗਲਾ ਮੁਖੀ ਜੀ ਕੇ ਹਵਨ ਯੱਗ ਕਾ ਆਯੋਜਨ ਕੀਆ ਗਿਆ, ਜਿਸ ਮੇਂ ਮੰਦਿਰ ਕੇ ਸੰਚਾਲਕ ਹੈਪੀ ਬਾਬਾ ਨੇ ਆਈ ਹੋਈ ਜਜਮਾਨੋ ਸੇ ਵਿਧੀਵਤ ਮੰਤਰੋ ਉਚਾਰਨ ਕਰ ਹਵਨ ਯੱਗ ਮੇਂ ਆਹੂਤੀਆਂ ਡਾਲ ਯੱਗ ਕੋ ਸੰਪੰਨ ਕਰਵਾਇਆ। ਇਸ ਮੌਕੇ ਪਰ ਮੰਦਿਰ ਪ੍ਰਬੰਧਕ ਕਮੇਟੀ ਕੇ ਪ੍ਰਧਾਨ ਪ੍ਰਵੀਨ ਕਤਿਆਲ ਸੋਨੂ, ਹੈਪੀ ਬਾਬਾ ਆਚਾਰਿਆ ਸ਼੍ਰੀ ਵਿਜੇ ਸ਼ਾਸਤਰੀ, ਵਿੱਕੀ ਵਿੱਚ ਬੱਬਾ ਅੰਗੁਰਾਲ, ਅਮਿਤ ਗੁਜਰਾਲ, ਅਜੇ ਨਾਰੰਗ, ਰਾਹੁਲ ਚੱਡਾ, ਜੀ ਐਸ ਨੰਦਾ, ਮਨੋਜ ਚੱਡਾ, ਦੀਪਾਂਸ਼ੂ, ਰੋਕੀ ਖੁਰਾਨਾ, ਵੰਦਨਾ ਸ਼ਰਮਾ, ਨਿਧੀ ਸ਼ਰਮਾ, ਰਾਧਿਕਾ ਮਹਾਜਨ, ਸਿਮਰਨ ਚੱਡਾ, ਐਡਵੋਕੇਟ ਸਿਮਰਨ ਭੱਲਾ ਸਹਿਤ ਅਸੰਖਿਆ ਭਕਤਜਨ ਮੌਜੂਦ ਰਹੇ। ਅੰਤ ਮੇਂ ਵਿਸ਼ਾਲ ਭੰਡਾਰੇ ਕਾ ਆਯੋਜਨ ਵੀ ਕੀਆ ਗਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਜਗਮੋਹਨ ਕੀ ਰਿਪੋਰਟ। अखिल भारतीय दुर्गा सेना संगठन की ओर से साप्ताहिक मां बंगला मुखी हवन यज्ञ का आयोजन प्राचीन शिव मंदिर दमोरिया पुल में श्री श्री 108 महाराज स्वामी सिकंदर जी की अध्यक्षता में किया गया, जिसमें आचार्य पंडित चक्रदेव जोशी ने वैदिक मंत्रों का उच्चारण कर सभी देवी देवताओं का आवाहन कर अग्नि प्रज्वलित कर हवन का शुभारंभ किया। मां बंगला मुखी हवन यज्ञ में मुख्य यजमानों के रूप में उपस्थित हुए भक्तों ने हवन में आहुतियाँ देकर पूज्य स्वामी जी का आशीर्वाद दिया। इस अवसर पर गुरु माता नीरज रतन सिकंदर जी, दिवेश राम सिकंदर, अश्विनी कुमार यादव, अमित गुप्ता, कमल मल्होत्रा, आयुष यादव, अंकुर मल्होत्रा, डॉक्टर मुकेश अरोड़ा, डॉक्टर मुकेश यादव, उषा देवी, मीना शर्मा, ललिता, नीलम रानी सहित असंख्य भक्तजन मौजूद रहे। जालंधर से हलचल के लिए कैमरामैन सुदेश भगत के साथ संदीप शर्मा की रिपोर्ट। हरी ओम स्वाहा, ओम हरी बदलामुखी सर्वशानम वाचम मुखम पदम स्तंभे जीवा किले किले बुद्धि विनाशे। हरी ओम स्वाहा, ओम हरी बदलामुखी सर्वशानम वाचम मुखम पदम स्तंभे जीवा किले किले बुद्धि विनाशे। हरी ओम स्वाहा,
ॐ ह्रीं मङ्गलामुखी सर्वदुःखानं वाचं मुखं पदं स्तम्भे जीवा किल बुद्धि विनाशे हरिः ॐ स्वाहा ॐ ह्रीं मङ्गलामुखी सर्वदुःखानं वाचं मुखं पदं स्तम्भे जीवा किल बुद्धि विनाशे हरिः ॐ स्वाहा ॐ ह्रीं मङ्गलामुखी सर्वदुःखानं वाचं मुखं पदं स्तम्भे जीवा किले बुद्धि विनाशे हरिः ॐ स्वाहा ॐ ह्रीं मङ्गलामुखी सर्वदुःखानं वाचं मुखं पदं स्तम्भे जीवा किले बुद्धि विनाशे हरिः ॐ स्वाहा ॐ ह्रीं मङ्गलामुखी सर्वदुःखानं वाचं मुखं पदं स्तम्भे जीवा किले बुद्धि विनाशे हरिः ॐ स्वाहा ॐ ह्रीं मङ्गलामुखी सर्वदुःखानं वाचं मुखं पदं स्तम्भे जीवा किले बुद्धि विनाशे हरिः ॐ स्वाहा ॐ ह्रीं मङ्गलामुखी सर्वदुःखानं वाचं मुखं पदं स्तम्भे जीवा किले बुद्धि विनाशे हरिः ॐ स्वाहा ॐ ह्रीं मङ्गलामुखी सर्वदुःखानं वाचं मुखं पदं स्तम्भे जीवा किले। और अब अंत में हलचल की गतिविधियों पर एक नजर फिर से। अमृतसर में देर रात हुए एक विवाद में एक नौजवान की हुई मौत, पुलिस जांच में जुटी। करनाला पुलिस ने हत्या के मामले में 8 आरोपियों को किया गिरफ्तार, एक पिस्तौल, गंडासा और तलवार की बरामद। जालंधर के मिठा बाजार में शिवसेना उत्तर भारत की तरफ से हवन यज्ञ का किया गया आयोजन, आहुतियां डालकर शहीदों को दी श्रद्धांजलि। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।